ਪਿੰਡ ਪਗਾਲਾਂ ਦਾ ਪਾਣੀ ਲੈ ਕੇ ਰਹੇ ਆ अजीत पंजाबी दी ऑथेंटिक खबरां दे लई सब्सक्राइब करो अजीत वेब टीवी अते ताजी खबरां दी नोटिफिकेशन पाउण दे लई बेल आइकन ते क्लिक करो। 6 महीने तो पानी दे लई तरस रहे पिंड वासियां नूं आखर पानी मुहैया करवा दिता गया, जिस तों बाद किसानां दी जित होई है ते इसदा जम के जशन मनाया गया। खबर अबोर तो है जिथे सब डिवीजन दे पिंड पंगला दे विच सिंचाई दा पानी मुहैया करवाउण दी मंग नूं लैके भारतीय किसान यूनियन उग्राहां दे बैनर हेठ पिछले 6 महीनियां तों लगातार संघर्ष चल रहा सी। उन्हां दी मंग पूरी हुंदे ही किसानां दे चेहरे खुशी दे नाल भर गए ते उन्हां ने भंगड़े पा के अपनी जित दा जशन मनाया। ਸਾਡਾ ਸੰਘਰਸ਼ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ, ਕਰੀਬ ਹੋ ਗਏ ਸਾਨੂੰ ਕੋਈ 7 ਮਹੀਨਿਆਂ ਦੇ ਕਰੀਬ ਇੱਥੇ ਧਰਨਾ ਲਾਇਆ ਹੋਇਆ ਸੀ ਸਰ ਜੀ। ਤੇ ਫਿਰ ਅੱਜ ਕਿਸ ਤਰ੍ਹਾਂ ਦੀ ਖੁਸ਼ੀ ਮਨਾਈ ਗਈ ਹੈ? ਅੱਜ ਅਸੀਂ ਬਹੁਤ ਖੁਸ਼ ਹਾਂ, ਸਾਡੇ ਬੱਚੇ ਵੀ ਤੁਸੀਂ ਦੇਖਿਆ ਨਾਲ ਬੈਠੇ ਨੇ, ਬਜ਼ੁਰਗ ਵੀ ਬੈਠੇ ਨੇ, ਮਾਤਾਵਾਂ ਭੈਣਾਂ ਸਾਰੀਆਂ ਬੈਠੀਆਂ ਨੇ। ਧੰਨਵਾਦ ਇਹਨਾਂ ਦਾ ਵੀ ਸਾਰਿਆਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਸੀਗਾ, ਤੇ ਨਹਿਰ ਮਹਿਕਮੇ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਤੇ ਅੱਜ ਅਸੀਂ ਪੂਰੇ ਖੁਸ਼ ਹਾਂ ਵੀ ਸਾਡੇ ਪਿੰਡ ਨੂੰ ਪਾਣੀ ਮਿਲ ਗਿਆ। ਇਹਨਾਂ ਦੀ ਸਮੱਸਿਆ ਸੀ ਕਾਫੀ ਲੰਬੇ ਸਮੇਂ ਤੋਂ, ਜਿਹੜਾ ਇਹਨਾਂ ਦਾ ਪਾਣੀ ਨਹੀਂ ਆ ਰਿਹਾ ਸੀ, ਤੇ ਅਸੀਂ 13 ਅਗਸਤ ਤੋਂ ਇਹ ਮੋਰਚਾ ਇੱਥੇ ਮਿੱਥਿਆ ਸੀ, ਜੋ ਹੁਣ ਆ ਥੋੜੇ ਦਿਨ 9 ਤਰੀਕ ਨੂੰ ਇਹਨਾਂ ਦਾ ਮਸਲਾ ਹੱਲ ਹੋਇਆ, ਤੇ ਅਸੀਂ ਸਾਰੇ ਰਲ ਮਿਲ ਕੇ ਇੱਥੋਂ ਦੇ ਪ੍ਰਸ਼ਾਸਨ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਤੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਕੇ ਅਸੀਂ ਇਸ ਧਰਨੇ ਦੀ ਸਮਾਪਤੀ ਕਰ ਰਹੇ ਹਾਂ। ਤੇ ਹੋਰ ਕਲਾਸ ਯਾਨੀ ਕਿ ਭੰਗੜਾ ਵਗੈਰਾ ਸੀ, ਜੋ ਛੋਟੇ ਬੱਚੇ ਆ ਜਾਂ ਬਜ਼ੁਰਗ ਆ ਜਿਨ੍ਹਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਦੌੜ ਰਹੀ ਹੈ, ਤੇ ਇਸੇ ਕਰਕੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ, ਜਥੇਬੰਦੀ ਦਾ ਧੰਨਵਾਦ ਕਰਦੇ ਹਾਂ, ਖਾਸ ਕਰ ਭੰਗਾਲਾਂ ਵਾਲੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਲੰਮੇ ਸਮੇਂ ਤੋਂ ਇਹ ਜਿਹੜੀ ਭੰਗਾਲਾਂ ਦੀ ਸਮੱਸਿਆ ਇਹਨਾਂ ਦੀ ਚੱਲਦੀ ਆ ਰਹੀ ਸੀਗੀ, ਮਾਨਯੋਗ ਹਾਈਕੋਰਟ ਦੇ ਵਿੱਚ ਵੀ ਕੇਸ ਇਹਨਾਂ ਦਾ ਚੱਲ ਰਿਹਾ ਸੀ ਲੰਬੇ ਸੀਗਾ, ਪਰ ਸਰਕਾਰ ਵੱਲੋਂ ਜਿਹੜਾ ਹੈਗਾ ਸਹੀ ਫੈਸਲਾ ਲੈਂਦੇ ਹੋਏ, ਐਸੀ ਸਾਹਿਬਾਨ ਵੱਲੋਂ ਸਹੀ ਫੈਸਲਾ ਲੈਂਦੇ ਹੋਏ ਇਹਨਾਂ ਦਾ ਸਮੱਸਿਆ ਦਾ ਹੱਲ ਕੱਢਿਆ ਗਿਆ। ਅਤੇ ਚਲੋ ਇੱਕ ਵਾਰੀ ਸਮੱਸਿਆ ਜਿਹੜੀ ਪਾਣੀ ਦੀ ਹੱਲ ਹੋਈ ਹੈ, ਸਾਰਿਆਂ ਦੀ ਫਸਲਾਂ ਵਧੀਆ ਹੋਣਗੀਆਂ। ਪਿੰਡ ਪੰਘਾਲਾਂ ਦੇ 1300 ਏਕੜ ਨੂੰ ਨਹਿਰ ਦਾ ਪਾਣੀ ਨਹੀਂ ਸੀਗਾ, ਉਸ ਨੂੰ ਲੈ ਕੇ ਅਸੀਂ ਪਿਛਲੇ 16 ਅਗਸਤ ਤੋਂ ਇੱਥੇ ਲਗਾਤਾਰ ਪੱਕੇ ਮੋਰਚੇ ਦੇ ਰੂਪ ਦੇ ਵਿੱਚ ਲਗਭਗ 7 ਮਹੀਨਿਆਂ ਤੋਂ ਧਰਨੇ ਦੇ ਉੱਤੇ ਬੈਠੇ ਹੋਏ ਹਾਂ, ਤੇ ਅੱਜ ਸਾਡੇ ਪਿੰਡ ਨੂੰ ਨਹਿਰ ਦਾ ਪਾਣੀ ਪ੍ਰਾਪਤ ਹੋ ਗਿਆ। ਨਵਾਂ ਮੋਗਾ ਲਾ ਕੇ ਨਹਿਰ ਮਹਿਕਮੇ ਨੇ ਉਹ ਪਾਣੀ ਚਾਲੂ ਕੀਤਾ, ਤੇ ਅਸੀਂ ਜੇਤੂ ਰੈਲੀ ਦੇ ਨਾਲ ਇਸ ਭੋਲ ਦੀ ਸਮਾਪਤੀ ਕਰ ਰਹੇ ਹਾਂ। ਹਾਂਜੀ ਹਾਂਜੀ, ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਮੂੰਹ ਮਿੱਠਾ ਕਰਾਇਆ, ਪਟਾਕੇ ਚਲਾਏ ਤੇ ਨਾਲ ਭੰਗੜੇ ਪਾ ਕੇ ਅਸੀਂ ਇਹਦਾ ਮੋਰਚੇ ਦੀ ਸਮਾਪਤੀ ਕੀਤੀ ਹੈ।